8 ਫੁੱਟਾ ਸੁਪਰ ਸੀਟਰ ਆ ਜੀ। ਪਹਿਲਾਂ ਇਸ ਦਾ weight ਹੈ 11 ਕੁਇੰਟਲ 60 ਕਿਲੋ ਜੋ ਇਹਦਾ ਮਿਨੀਮਮ weight ਹੈ। ਇਸ ਤੋਂ ਬਾਅਦ ਇਹਦੀ ਕੁਆਲਿਟੀ, ਇਹਦਾ ਜੋ ਵੀ ਪਾਰਟ ਹੈ ਗੇਅਰ ਤੋਂ ਲੈ ਕੇ ਕੋਈ ਵੀ ਆਪਣਾ ਪਾਰਟ ਬਣਦਾ ਉਹ ਕੰਪਨੀ ਦੇ ਵਿੱਚ ਇਨਬਿਲਡ ਹੈ, ਕੰਪਨੀ ਖੁਦ ਤਿਆਰ ਕਰਦੀ ਹੈ, ਕੰਪਨੀ ਲਵੇ ਆਪਣੀ ਮਸ਼ੀਨਰੀ ਹੈ ਜਿਸ ਦੇ ਨਾਲ ਗੇਅਰ ਤਿਆਰ ਹੁੰਦਾ ਹੈਗਾ। ਬਾਕੀ ਕਟਾਈ ਵਗੈਰਾ ਵੇਖੋ ਅਤੇ ਲਓ ਵੀ। ਉਸ ਤੋਂ ਬਾਅਦ ਮਿੰਨੀ ਰੂਟਾਵੀਟਰ ਆ ਗਿਆ ਪੈਟਰੋਲ 'ਤੇ, ਅਤੇ ਜਿਹਦੀ ਕੀ ਕੀਮਤ ਬਾਈ ਉਹਨੇ ਕਹਿੰਦੇ 60,000 ਆ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹੋਏ ਹਾਂ ਸ਼ਹਿਰ ਸੰਗਰੂਰ ਅਤੇ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਲੱਗਿਆ, ਤੁਹਾਨੂੰ ਸਾਰਾ ਆਪਾਂ ਕਿਸਾਨ ਮੇਲਾ ਦਿਖਾਵਾਂਗੇ ਅਤੇ ਵੀਡੀਓ ਦਾ ਐਂਡ ਤੱਕ ਬਣੇ ਰਹੇ ਹੋ ਅਤੇ ਆਪਾਂ ਚੱਲਦੇ ਹਾਂ ਤੁਹਾਨੂੰ ਇਹ ਕਿਸਾਨ ਮੇਲਾ ਦਿਖਾਉਂਦੇ ਹਾਂ। ਅਤੇ ਇਹ ਕਿਸਾਨ ਮੇਲਾ ਸ਼ਹਿਰ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਲੱਗਿਆ ਹੋਇਆ, ਤੁਸੀਂ ਆ ਕੇ ਦੇਖ ਸਕਦੇ ਹੋ। 16 ਅਤੇ 18 ਅਗਸਤ ਨੂੰ ਇਹ ਮੇਲਾ ਲੱਗਿਆ ਹੋਇਆ ਅਤੇ 3 ਦਿਨਾਂ ਮੇਲਾ ਚੱਲੂਗਾ, ਤੁਸੀਂ ਆ ਕੇ ਦੇਖ ਸਕਦੇ ਹੋ। ਅਤੇ ਆਪਾਂ ਤੁਹਾਨੂੰ ਵੀਡੀਓ ਵਿੱਚ ਵੀ ਸਾਰਾ ਅੱਜ ਮੇਲਾ ਦਿਖਾਵਾਂਗੇ ਅਤੇ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ। ਲਓ ਜੀ ਸਾਹਮਣੇ ਆ ਗਿਆ ਬੋਰਡ ਜੀ ਆਇਆਂ ਨੂੰ FPO ਕਿਸਾਨ ਮੇਲਾ, ਜਿਹੜਾ ਕਿ 16 ਅਤੇ 17 ਅਤੇ 18 ਅਗਸਤ ਨੂੰ ਅਨਾਜ ਮੰਡੀ ਗਊਸ਼ਾਲਾ ਰੋਡ ਸੰਗਰੂਰ ਦੇ ਵਿੱਚ ਲੱਗਿਆ ਹੋਇਆ। ਤੁਹਾਨੂੰ ਅੱਜ ਦੀ ਵੀਡੀਓ 'ਚ ਆਪਾਂ ਸਾਰਾ ਇਹ ਕਿਸਾਨ ਮੇਲਾ ਦਿਖਾਵਾਂਗੇ। ਲਓ ਜੀ FPO ਕਿਸਾਨ ਮੇਲਾ ਅਤੇ ਆ ਗਈ ਜੀਰੋ ਡਰੈਲ। ਲਓ ਵੀ ਇੱਥੇ ਤੁਹਾਨੂੰ ਚੱਲ ਰਿਹਾ 3,000 ਦਾ ਡਿਸਕਾਊਂਟ। ਅੰਦਰ ਚੱਲਦੇ ਹਾਂ ਪਹਿਲਾਂ। ਲਓ ਵੀ ਕੱਲ੍ਹ ਨੂੰ ਇਹ ਲੱਕੀ ਡਰਾਅ ਵੀ ਕੱਢਣਾ, ਇਹਨਾਂ ਨੇ ਜਿਹੜੇ ਮੇਲੇ 'ਤੇ ਆ ਰਹੇ ਨੇ ਉਹਨਾਂ ਦਾ ਨਾਮ ਵਗੈਰਾ ਸਾਰਾ ਇੱਥੇ ਲਿਖ ਰਹੇ ਨੇ ਅਤੇ ਕੱਲ੍ਹ ਨੂੰ ਇਹ ਡਰਾਅ ਕੱਢਿਆ ਜਾਣਾ। ਲਓ ਵੀ ਬਹੁਤ ਇਕੱਠ ਆ ਮੇਲੇ 'ਤੇ, ਅਤੇ ਇੱਧਰ ਜਿਵੇਂ ਬੀ ਵਗੈਰਾ ਹੋ ਗਏ। ਅਤੇ ਪਹਿਲਾਂ ਆਪਾਂ ਤੁਹਾਨੂੰ ਟਰੈਕਟਰ ਦਿਖਾਉਂਦੇ ਹਾਂ ਅਤੇ ਫਿਰ ਤੁਹਾਨੂੰ ਰੂਟਾਵੀਟਰ ਦਿਖਾਉਂਦੇ ਹਾਂ। ਅਤੇ ਜਿਵੇਂ ਇੱਧਰ ਮਹਿੰਦਰਾ ਦਾ ਖੜ੍ਹਾ, ਲਓ ਜੀ 4x4 755 DI ਅਤੇ ਵੇਟ ਦੇਖੋ। ਲਓ ਵੀ ਦੇਖ ਸਕਦੇ ਹੋ ਅਤੇ ਸਾਈਡ ਗੇਅਰ ਆ ਜਿਵੇਂ 4x4 ਆ ਇਹ। ਅਤੇ ਇੱਧਰ ਮਹਿੰਦਰਾ ਜੋਵੋ 585 DI। ਲਓ ਜੀ ਦੇਖ ਸਕਦੇ ਹੋ 6 ਸਾਲ ਦੀ ਗਰੰਟੀ ਆ ਭਾਈ ਇਹ ਕਹਿੰਦੇ। ਡਿਊਲ ਕਲੱਚ 4x4 ਅਤੇ ਐਵੇਂ ਦਾ ਮੀਟਰ ਆ। ਲਓ ਵੀ ਐਵੇਂ ਦਾ ਮੀਟਰ ਆ ਗਿਆ। ਅਤੇ ਲਿੰਕਾਂ ਮਗਰੋਂ ਮੈਂ ਤੁਹਾਨੂੰ ਥੋੜ੍ਹਾ ਦੂਰੋਂ ਦਿਖਾ ਦਿੰਦਾ। ਲਓ ਅਤੇ ਬਹੁਤ ਵੱਡਾ ਕਿਸਾਨ ਮੇਲਾ। ਅਤੇ ਅੱਗੇ ਚੱਲਦਾ ਅੱਗੇ ਆ ਗਿਆ ਇੰਡੋ ਫਾਰਮ, ਹੁਣ ਤੁਹਾਨੂੰ ਆਪਾਂ ਇੰਡੋ ਫਾਰਮ ਦਿਖਾਉਂਦੇ ਹਾਂ। ਲਓ ਬੈਕ ਸਾਈਡ ਦੇਖੋ ਪਹਿਲਾਂ ਇੰਡੋ ਫਾਰਮ ਦੀ, ਇੱਧਰ ਫਰੰਟ ਆਹ ਦੇਖੋ। ਅਤੇ ਇਹਦੇ LED ਦੀਆਂ ਲਾਈਟਾਂ ਇਹਦੀਆਂ ਦੂਈਆਂ ਆ ਗਈਆਂ ਨਾ। ਹੈਵੀ ਲਿਫਟ DI ਐਵੇਂ ਦਾ ਮੀਟਰ ਆ ਅਤੇ ਸਾਈਡ ਗੇਅਰ ਆ ਇਹ ਵੀ ਦੇਖ ਸਕਦੇ ਹੋ। ਲਓ ਵੀ ਅਤੇ ਆਹ ਵੀ ਸਾਈਡ ਗੇਅਰ, ਇੱਧਰ ਇਹ 30-60 ਆ ਗਿਆ, ਆਹ 30-60 ਆ ਗਿਆ ਅਤੇ ਆਹ ਆ ਗਿਆ 30-55 ਅਤੇ ਇਹਦਾ ਵੀ ਐਵੇਂ ਦਾ ਮੀਟਰ ਆ। ਬਾਕੀ ਪ੍ਰੋਫਾਈਲ ਸਾਰੀ ਟਰੈਕਟਰ ਦੀ ਲੁੱਕ ਦਿਖਾਉਂਦੇ ਆਪਾਂ। ਲਓ ਵੀ ਫਰੰਟ ਐਵੇਂ ਦਿਖਦਾ ਇੰਡੋ ਫਾਰਮ। ਅਤੇ 16x28 ਦੇ ਟਾਇਰ ਨੇ ਇਹਨੂੰ। ਅਤੇ ਚੱਲਦੇ ਹਾਂ ਅੱਗੇ। ਅੱਗੇ ਅਪੋਲੋ ਦੇ ਟਾਇਰ ਆ ਗਏ ਭਾਈ, ਅੱਗੇ ਆ ਗਏ ਅਪੋਲੋ ਦੇ ਟਾਇਰ। ਉਹ ਵੀ ਦੇਖ ਸਕਦੇ ਹੋ ਗੁੱਡੀ ਵਗੈਰਾ, ਇਹ ਨੇ ਅਪੋਲੋ ਦਾ ਟਾਇਰ। ਇਹ ਹੈਗਾ
18,430 ਦਾ, ਇਹ 18,430 ਦਾ। ਬਾਕੀ ਆ ਟਰੈਕਟਰ ਦੇ ਮੂਹਰਲੇ ਟਾਇਰ ਪਏ ਆ, ਪੋਲੋ ਦੀ ਬ੍ਰੈਂਡਿੰਗ ਆ ਗਈ ਉੱਪਰ। ਇੱਧਰ ਪਏ ਆ ਮਗਰਲੇ ਟਾਇਰ ਆ ਗਏ, ਇਹ 14,928 ਦੇ ਆ ਗਏ। ਆਹ ਆ ਗਿਆ 13,928 ਦਾ ਹੋਵੇਗਾ ਨਾ, ਇਹ 12,428 ਦਾ, ਹਾਂ 12,428 ਦਾ। ਅਤੇ ਗ੍ਰਿਪ ਦੇਖੋ ਟਾਇਰਾਂ ਦੀ, ਆਹ ਦੇਖੋ ਲਓ। ਅਤੇ ਉਸ ਤੋਂ ਅੱਗੇ ਆ ਗਏ ਜੀ ਲਓ ਸੋਨਾ ਦੇ ਆ ਗਏ, ਸੋਨਾ ਦੇ ਆ ਗਏ ਉਸ ਤੋਂ ਅੱਗੇ। ਕਿਸਾਨੋਂ ਕਾ ਭਰੋਸੇਮੰਦ ਸਾਥੀ ਖੇਤੀ ਔਰ ਦਲਾਈ ਕੇ ਲੀਏ, ਸੋਨਾ 14,928 ਦੇ ਆ ਗਏ ਜਿਵੇਂ ਆਹ ਲਓ। ਅਤੇ ਆਹ ਮੂਹਰਲੇ ਆ ਗਏ ਜਿਵੇਂ FE99 ਲਓ ਵੀ, ਆਹ ਦੇਖੋ ਅਤੇ ਆਹ ਜਿਵੇਂ ਆ ਗਿਆ 14,928 ਦਾ। ਅਤੇ ਗ੍ਰਿਪ ਦੇਖੋ ਟਾਇਰ ਦੀ, ਅਤੇ ਅੱਗੇ ਦਿਖਾਉਂਦੇ ਹਾਂ ਤੁਹਾਨੂੰ, ਕਾਫੀ ਵੱਡਾ ਇਹ ਕਿਸਾਨ ਮੇਲਾ ਲੱਗਿਆ ਹੋਇਆ ਜੀ। ਜਿਵੇਂ ਆਹ ਆ ਗਿਆ 1,000 ਕਿਸਾਨਾਂ ਤੋਂ ਵੱਧ, ਅਤੇ ਲਓ ਜੀ ਆਹ ਆ ਗਏ ਰਾਈਸ, ਬਾਸਪਤੀ ਰਾਈਸ 120 ਰੁਪਏ ਦੀ, ਜਿਵੇਂ ਦੇਖ ਸਕਦੇ ਹੋ। ਅਤੇ ਬਾਕੀ ਇਹ ਆ ਗਏ ਜਿਵੇਂ, ਅਤੇ ਸ਼ੁੱਧ ਕਨੋਲਾ ਤੇਲ ਸੰਗਰੂਰ, ਅਤੇ ਲਓ ਵੀ ਅਲੱਗ ਅਲੱਗ ਜਿਵੇਂ ਲੱਗੀ ਹੋਈ ਨੇ ਸਟਾਲਾਂ, ਜਿਵੇਂ ਆਹ ਲੱਗਿਆ ਤੇਲ ਵਗੈਰਾ, ਅਤੇ ਆਹ ਆ ਗਿਆ ਰਸੋਈ ਦਾ ਸਮਾਨ ਸਾਰਾ, ਆਹ ਬਾਈ ਉਹਨਾਂ ਨੇ ਕੱਟਿਆ ਪਿਆ ਸਾਰਾ। ਇਹ ਤੁਹਾਨੂੰ ਆਪਾਂ ਤਕਰੀਬਨ ਸਾਰੇ ਮੇਲੇ 'ਚ ਦਿਖਾਉਂਦੇ ਹੀ ਹੁੰਦੇ ਹਾਂ, ਅਤੇ ਇੱਥੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਕਿੰਨੇ ਨੇ ਭਈਆ ਆਹ? 100 ਕਟੋ ਗਾਜਰ ਕਾਟੋ ਮੂਲੀ ਕਾਟੋ ਫਿੰਗਰ ਬਣਾਓ ਜੋ ਮਰਜ਼ੀ ਬਣਾਓ ਆਪਣੇ ਸੀਮੇ ਪਾ ਦਿਓ ਔਰ ਚਲਾ ਦਿਓ ਜੀ ਕੜੀ ਪੀਸ ਫਰਾਈ ਵਾਸਤੇ ਠੀਕ ਆ ਐਸੇ ਗੰਡੇ ਚੀਰਨੇ ਸੀਮੇ ਪਾ ਦਿਓ ਔਰ ਚਲਾ ਦਿਓ ਜੀ ਸਾਰੀ ਕਟਿੰਗ ਕੋਈ ਜੂਸ ਨਹੀਂ ਠੀਕ ਆ ਪਾਲਕ ਮੈਥੀ
ਮਿੰਟ ਤੋਂ ਮਿੰਟ ਹੋਊਗਾ, ਜੋ ਮਰਜ਼ੀ ਕੱਟ ਲਓ। ਠੀਕ ਹੈ, ਸਬਜ਼ੀਆਂ ਸਾਗ ਸਲਾਦ ਜੋ ਮਰਜ਼ੀ ਸਬਜ਼ੀਆਂ ਕੱਢੀ ਮਿੰਟ ਤੋਂ ਮਿੰਟ ਕੱਟ। ਅਤੇ ਲਓ ਵੀ ਇੱਥੇ ਤੁਹਾਨੂੰ ਹਲਦੀ ਮਿਲ ਜੂ ਵਧੀਆ, ਜਿਵੇਂ ਆਹ ਪਈ ਆ ਤੁਸੀਂ ਦੇਖ ਸਕਦੇ ਹੋ। ਅਤੇ ਇੱਦੂ ਆਹ ਲਾਲ ਮਿਰਚ ਵੀ ਲਓ ਵੀ, ਆਹ ਐੱਮ ਆਰ ਪੀ ਦੱਸਿਆ ਬਾਈ ਉਹਨਾਂ ਨੇ। ਅਤੇ ਬਾਕੀ ਧਨੀਆ ਪਾਊਡਰ ਲਓ ਜੀ। ਬਾਕੀ ਆਹ ਆ ਗਈ ਦੇਸੀ ਘਿਓ ਤੋਂ ਤਿਆਰ ਕਰੀ ਖੋਏ ਵਾਲੀ ਬਰਫੀ, ਅਤੇ ਲਓ ਜੀ। ਬਾਕੀ ਅੱਗੇ ਚੱਲਦੇ ਹਾਂ, ਅੱਗੇ ਦਿਖਾਉਂਦੇ ਹਾਂ। ਅਤੇ ਬਹੁਤ ਐਵੇਂ ਸਟਾਲਾਂ ਲੱਗੀਆਂ ਹੋਈਆਂ ਨੇ। ਅਤੇ ਆਹ ਦਾਲ ਆ ਗਈ, ਆਹ ਹਲਦੀ ਇੱਧਰ, ਅਤੇ ਐਵੇਂ ਆਹ ਦਵਾਈਆਂ ਆ ਗਈਆਂ ਜੀ ਅੱਗੇ।
ਤੇ ਆਪਾਂ ਤੁਹਾਨੂੰ ਪਹਿਲਾਂ ਹੁਣ ਥੋੜ੍ਹੇ ਜਿਹੇ ਰੂਟਾ ਮੀਟਰ ਦਿਖਾ ਦਈਏ ਇੱਧਰੋਂ ਅਤੇ ਸੁਪਰ ਹੀਟਰ ਦਿਖਾ ਦਈਏ ਜਿਵੇਂ ਇੱਧਰ ਖੜ੍ਹੇ ਨੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਆਹ ਸਰਦਾਰ ਵਾਲਿਆਂ ਦਾ ਆ ਗਿਆ ਜੀ ਲਓ ਜੀ ਬਲੇਡ ਦੇਖੋ ਅਤੇ 5000 ਦਾ ਡਿਸਕਾਊਂਟ ਹੈ ਅਤੇ ਸੁਪਰ ਸ਼ੀਟਰ ਦੇ ਉੱਪਰ ਅਤੇ ਤੁਹਾਨੂੰ ਬੈਕ ਸਾਈਡ ਦਿਖਾਉਂਦੇ ਹਾਂ ਅਤੇ ਮਗਰੋਂ ਦੇਖੋ ਸੁਪਰ ਸ਼ੀਟਰ ਬਲੇਟ ਆ ਨਹੀਂ ਲਓ ਵੀ ਕਰਤੇ ਵੱਡੂ ਨਾਲ ਹੈ ਅਤੇ ਨਾਲ ਉੱਪਰ ਮਸ਼ੀਨ ਵੀ ਲਾ ਦੀ ਹੈ ਸੀਡਰ ਵਾਲੀ ਇਹਨਾਂ ਨੇ ਠੀਕ ਆ ਇਹ ਵੀ ਸਰਦਾਰ ਵਾਲਿਆਂ ਦਾ ਹੀ ਹੈ ਅਤੇ ਜੋ ਅੱਗੇ ਆ ਗਿਆ ਮੈਸੀ ਅਤੇ ਆਪਾਂ ਹੁਣ ਤੁਹਾਨੂੰ ਮੈਸੀ ਦਿਖਾਉਂਦੇ ਹਾਂ 4x4 254 DI ਅਤੇ ਸਾਈਡ ਗੇਅਰ ਆ ਗਿਆ ਇਹ ਠੀਕ ਆ ਜੀ ਬਾਕੀ ਆਹ ਸਪੇਸ ਵੀ ਪਕਾਈਏ ਕਾਫੀ ਆ ਸਪੇਸ ਆ ਅਤੇ ਐਵੇਂ ਦਾ ਇਹਦਾ ਮੀਟਰ ਆ ਅਤੇ ਡੈਨ ਸਮਾਰਟ 254 DI ਅਤੇ MRF ਦੇ ਟਾਇਰ ਨੇ ਇਹਨੂੰ 1428 ਦੇ ਅਤੇ ਵੇਟ ਲੱਗੇ ਹੋਏ ਨੇ ਨਾਲ ਆਹ ਖੜ੍ਹਾ 95-63 ਅਤੇ ਇਹ 'ਚ ਵੀ ਆਪਾਂ ਸਪੇਸ ਕਹੀਏ ਕਾਫੀ ਜ਼ਿਆਦਾ ਆ ਅਤੇ ਸਾਈਡ ਗੇਅਰ ਹੈ ਵੀ ਇਹਨੂੰ ਵੀ MRF ਦੇ ਟਾਇਰ ਨੇ ਜਿਹੜੇ ਕਿ 1628 ਜਾਂ 4x4 ਆ ਅਤੇ ਆਹ ਚੀਜ਼ ਬਹੁਤ ਸੋਹਣੀ ਕਰਤੀ ਜਿਵੇਂ ਇੰਜਨ ਕਵਰ ਕਰਤਾ ਆਹ ਜਿਵੇਂ ਸਲਾਂਸਰ ਤੋਂ ਵੀ ਹੱਥ ਹੁੱਥ ਨਾ ਲੱਗੇ ਹੈ ਨਾ ਉਹਦੇ ਲਈ ਅਤੇ ਵੇਟ ਲੱਗੇ ਹੋਏ ਨੇ ਮੂਹਰੇ 25 ਕਿਲੋ ਦਾ ਵੇਟ ਆ 4x4 ਆ ਅੱਗੇ ਆ ਗਿਆ ਐਗਰੀ ਜ਼ੋਨ ਵਾਲੇ ਐਗਰੀ ਜ਼ੋਨ ਵਾਲਾ ਆ ਗਿਆ ਸੁਪਰ ਸੀਡਰ ਲਓ ਵੀ ਆ ਗਈ 0 ਟਰੈਲ ਇੱਧਰ ਅਤੇ ਆ ਗਈ 0 ਟਰੈਲ ਅਤੇ ਆਹ ਫਾਲੇ ਹੋ ਗਏ ਜਿਵੇਂ ਮੰਨ ਲਓ ਨਾ ਅਤੇ ਲਓ ਵੀ ਤੁਹਾਨੂੰ ਆਪਾਂ ਐਗਰੀ ਜ਼ੋਨ ਦਾ ਸੁਪਰ ਸੀਟਰ ਦਿਖਾਉਂਦੇ ਹਾਂ 8 ਫੁੱਟ ਆ ਇਹ ਅਤੇ ਦੱਸਿਓ ਭਾਅ ਜੀ ਮਾੜਾ ਜਿਹਾ ਇਹਦੇ ਬਾਰੇ ਇਹ 8 ਫੁੱਟਾਂ ਸੁਪਰ ਸੀਟਰ ਆ ਜੀ ਪਹਿਲਾਂ ਇਸਦਾ ਵੇਟ ਹੈ 11 ਕੁਇੰਟਲ 60 ਕਿਲੋ ਠੀਕ ਆ ਜੀ ਜੋ ਇਹਦਾ ਮਿਨੀਮਮ ਵੇਟ ਹੈ ਇਸ ਤੋਂ ਬਾਅਦ ਇਹਦੀ ਕੁਆਲਿਟੀ ਇਹਦਾ ਜੋ ਵੀ ਪਾਰਟ ਹੈ ਗੇਅਰ ਤੋਂ ਲੈ ਕੇ ਕੋਈ ਵੀ ਆਪਣਾ ਪਾਰਟ ਬਣਦਾ ਉਹ ਕੰਪਨੀ ਦੇ ਵਿੱਚ ਇਨਬਿਲਡ ਹੈ ਕੰਪਨੀ ਖੁਦ ਤਿਆਰ ਕਰਦੀ ਹੈ ਕੰਪਨੀ ਲਵੇ ਆਪਣੀ ਮਸ਼ੀਨਰੀ ਹੈ ਜਿਸ ਦੇ ਨਾਲ ਗੇਅਰ ਤਿਆਰ ਹੁੰਦਾ ਹੈਗਾ ਕਿਉਂਕਿ ਗੇਅਰ ਇੱਕ ਮੇਨ ਪਾਰਟ ਹੁੰਦਾ ਜਿਹਦੇ ਨਾਲ ਹੀ ਆਪਾਂ ਇੱਕ ਇੰਪਲੀਮੈਂਟ ਨੂੰ ਚਲਾਉਣਾ ਹੈਗਾ ਕੰਪਨੀ ਦੇ ਵਿੱਚ ਜਦੋਂ ਗੇਅਰ ਤਿਆਰ ਹੁੰਦਾ ਉਹਦੀ ਇੱਕ ਇੰਸਪੈਕਸ਼ਨ ਹੁੰਦੀ ਆ ਪ੍ਰੋਪਰ ਉਹ UV ਰੇਸ ਦੇ ਵਿੱਚ ਦੀ ਚੈਕਿੰਗ ਹੁੰਦੀ ਆ ਉਹਦੀ ਜੇ ਉਹਦੇ ਵਿੱਚ ਇੱਕ ਬਾਲ ਜਿੰਨੀ ਡਿਫੈਕਟ ਵੀ ਹੈ ਜੀ ਤਾਂ ਉਹ ਪੀਸ ਰਿਜੈਕਟ ਹੋ ਜਾਣਾ ਤਾਂ ਦੁਬਾਰਾ ਬਣਨਾ ਉਹਨੇ ਕਿਉਂਕਿ ਕੰਪਨੀ ਦੇ ਵਿੱਚ ਇਨਬਿਲਡ ਹੁੰਦਾ ਆਪਾਂ ਤਾਂ ਕਰਕੇ ਅਸੀਂ 2 ਸਾਲ ਦੀ ਵਾਰੰਟੀ ਦਿੰਦੇ ਹਾਂ ਜਿਹਦੇ ਵਿੱਚ ਅਸੀਂ ਖੇਤ ਦੇ ਵਿੱਚ ਹੀ ਸਰਵਿਸ ਪ੍ਰੋਵਾਈਡ ਕਰਾਉਂਦੇ ਹਾਂ ਨਾ ਕਿ ਤੁਹਾਨੂੰ ਛੱਡ ਲਵੇ ਆਉਣ ਦੀ ਜ਼ਰੂਰਤ ਕਿਉਂਕਿ 2 ਸਾਲ ਪੀਸ ਇਹ ਸਾਡਾ ਹੈਗਾ ਉਸ ਤੋਂ ਬਾਅਦ ਵੀ ਅਸੀਂ ਕੀ ਕਰਦੇ ਹਾਂ ਆਪਣੀ ਡੀਲਰਸ਼ਿਪ 'ਤੇ ਕੈਂਪ ਲਗਾਉਂਦੇ ਹਾਂ ਜਿਹਦੇ ਵਿੱਚ ਕੀ ਆ ਆਪਾਂ ਸਰਵਿਸ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਵੀ ਇਹਦੀ ਕੁਆਲਿਟੀ ਦੀ ਬਲੇਡ ਕੰਪਨੀ ਦੇ ਵਿੱਚ ਇਨਬਿਲਟ ਬਲੇਡ ਨੇ ਬਲੇਡ ਮੇਨ ਬਲੇਡਾਂ ਦੀ ਖਾਸੀਅਤ ਕੀ ਹੈ ਇਹ ਇੱਕ ਦੇ ਉੱਪਰ ਇੱਕ ਚੜਿਆ ਹੋਇਆ ਜੀ ਜਿਹਦੇ ਨਾਲ ਕੀ ਹੈ ਪਰਾਲੀ ਨੂੰ ਜ਼ਿਆਦਾ ਮਿਕਸ ਕਰਦਾ ਹੈਗਾ ਈਜ਼ਲੀ
ਬਲੇਡਾਂ ਦੀ ਕੁਆਲਿਟੀ, ਕਿਉਂਕਿ ਇਹ ਕੰਪਨੀ ਆਪ ਬਣਾਏ ਹੋਏ ਨੇ, ਕੰਪਨੀ ਦੇ ਵਿੱਚ ਬਣੇ ਹੋਏ ਨੇ, ਤਾਂ ਇਹਦੀ ਸਟਰੈਂਥ ਜ਼ਿਆਦਾ ਹੈਗੀ ਆਮ ਬਲੇਡ ਨਾਲ। ਇਹਦਾ ਜੋ ਰੂਲਾ ਹੈਗਾ ਸਾਈਡ ਵਾਲਾ ਰੂਲਾ ਹੈਗਾ, ਇਹ ਰੂਲਾ ਆਟੋਮੈਟਿਕ ਰੂਲਾ ਹੈਗਾ, ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਇਹਨੇ ਜਦੋਂ ਆਪਣਾ ਸੁਪਰ ਸੀਟਰ ਸਟਾਰਟ ਹੋ ਗਿਆ ਤਾਂ ਇਹਨੇ ਨਾਲ ਦੇ ਨਾਲ ਰੂਲ ਨੇ ਵਰਕਿੰਗ ਸਟਾਰਟ ਕਰ ਦੇਣੀ ਹੈ, ਜਿਹਦੇ ਨਾਲ ਕੀ ਹੈ ਪਰਫੋਰਮੈਂਸ ਜ਼ਿਆਦਾ ਬੈਟਰ ਆਉਣੀ ਹੈਗੀ। ਜਦੋਂ ਆਪਾਂ ਨੂੰ ਕਨਵਰਟ ਕਰਦੇ ਹਾਂ ਰੂਟਾਵੀਟਰ ਦੇ ਵਿੱਚ, ਰੂਟਾਵੀਟਰ ਦੇ ਵਿੱਚ ਕਨਵਰਟ ਹੋ ਗਿਆ ਤਾਂ ਆਪਾਂ ਨੂੰ ਫੱਟਾ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ। ਫੱਟਾ ਲਾਉਣ ਦੀ ਲੋੜ ਕਿਉਂ ਨਹੀਂ ਪੈਂਦੀ? ਕਿਉਂਕਿ ਆਪਣਾ ਆਟੋਮੈਟਿਕਲੀ ਰੂਲਾ ਚੱਲੀ ਜਾਂਦਾ ਹੈਗਾ, ਠੀਕ ਹੈ ਜੀ। ਕਈ ਕਿਸਾਨਾਂ ਨੂੰ ਹੁੰਦਾ ਵੀ ਅਸੀਂ ਰੂਟਾ ਅਸੀਂ ਫੱਟਾ ਲਾ ਕੇ ਹੀ ਕੰਮ ਕਰਨਾ, ਪਰ ਕੰਪਨੀ ਪ੍ਰੈਫਰ ਕਰਦੀ ਵੀ ਤੁਸੀਂ ਰੂਲੇ ਨਾਲ ਹੀ ਕੰਮ ਕਰੋ। ਚੀਜ਼ ਇਹਦੀ ਬੈਂਡ ਹੁੰਦੀ ਹੈ, ਕੋਈ ਇਹਦੀ ਆਪਣੀ ਆਪਾਂ ਕਹਿੰਦੇ ਹਾਂ ਆਪਾਂ ਨੂੰ ਡਿਸਕ ਕਹਿੰਦੇ ਹਾਂ, ਕੁਛ ਵੀ ਇਹਨੂੰ ਹੁੰਦਾ ਹੈਗਾ, ਇਹ ਜਾਮ ਹੁੰਦੀ ਹੈ, ਤਾਂ ਇਹ ਕੰਪਨੀ ਹੀ ਠੀਕ ਕਰੂ, ਤੁਸੀਂ ਆਪ ਨਹੀਂ ਠੀਕ ਕਰਨਾ, ਠੀਕ ਹੈ ਜੀ। ਕੰਪਨੀ ਇਹ ਕਹਿੰਦੀ ਵੀ ਤੁਸੀਂ ਸਾਨੂੰ ਫੋਨ ਕਰੋ ਰਾਦਰ ਦੈਨ ਤੁਸੀਂ ਆਪ ਠੀਕ ਕਰੋ। ਲਓ ਵੀ 60 ਰੁਪਏ ਪਾਈ ਹੋਣਾ ਫੁੱਲ ਵਧੀਆ ਐਗਰੀ ਜੋਨ ਦੀ, ਕਿਉਂਕਿ ਅਸੀਂ ਗਰੰਟੀ ਕਿਸ ਬੇਸ 'ਤੇ ਦਿੰਦੇ ਹਾਂ ਕਿ ਵਾਰੰਟੀ ਕਿਸ ਬੇਸ 'ਤੇ ਦਿੰਦੇ ਹਾਂ ਵੀ ਸਾਡਾ ਪਾਰਟ ਅੰਦਰ ਆਪ ਬਣਾਉਂਦੇ ਅਸੀਂ, ਸਾਨੂੰ ਆਪਦੀ ਚੀਜ਼ ਬਾਰੇ ਪਤਾ, ਸਾਨੂੰ ਆਪਦੀ ਚੀਜ਼ 'ਤੇ ਭਰੋਸਾ ਹੈਗਾ, ਅਸੀਂ ਤਾਂ ਹੀ 1-2 ਸਾਲ ਦੀ ਵਾਰੰਟੀ ਦੇ ਕੇ ਚੱਲਦੇ। ਅਤੇ ਲਓ ਵੀ ਉਸ ਤੋਂ ਬਾਅਦ ਮਿੰਨੀ ਰੂਟਾਵੀਟਰ ਆ ਗਿਆ ਪੈਟਰੋਲ 'ਤੇ, ਅਤੇ ਜਿਹਦੀ ਇਹ ਕੀਮਤ ਬਾਈ ਉਹਨੇ ਕਹਿੰਦੇ 60,000 ਆ। ਤੁਸੀਂ ਘਰ ਦੇ ਛੋਟੇ ਮੋਟੇ ਕੰਮ ਵਾਸਤੇ ਇਹਨੂੰ ਬਾਏ ਕਰ ਸਕਦੇ ਹੋ, ਜਿਵੇਂ ਜਿੱਥੇ ਆਪਾਂ ਨੂੰ ਲੱਗਦਾ ਵੀ ਆਪਣਾ ਟਰੈਕਟਰ ਨਹੀਂ ਜਾ ਸਕਦਾ ਜਾਂ ਆਪਣੇ ਘਰ ਮਾੜਾ ਮੋਟਾ ਆਪਾਂ ਕੋਈ ਵੀ ਕੰਮ ਕਰਨਾ ਤਾਂ ਆਪਾਂ ਇਹ ਤੋਂ ਲੈ ਸਕਦੇ ਹਾਂ। ਬਾਈ ਘੰਟੇ 'ਚ ਕਿੰਨਾ ਤੇਲ ਖਾਂਦਾ ਹੈ? ਘੰਟੇ 'ਚ ਕਿੰਨਾ ਤੇਲ ਖਾਂਦਾ? 1 ਲੀਟਰ 1 ਲੀਟਰ ਅਤੇ ਘੰਟੇ ਦੀ ਐਵਰੇਜ 1 ਲੀਟਰ ਤੇਲ ਦੀ ਆ। ਬਾਕੀ ਇੱਧਰ ਦੇਖੋ ਯਾਰ, ਦੇਖੋ ਕੰਪਨੀ ਹੈਗੀ ਆ BCSA। ਲਓ ਵੀ ਮਹਿੰਦਰਾ ਨੋਵਾ 755 DI ਜਿਹਦੀ ਕਿ ਕੀਮਤ ਬਾਈ ਉਹਨੇ ਕਹਿੰਦੇ 15, ਅਤੇ ਸੈਂਸਰ ਸੁੰਸਰ ਨੇ ਬਾਈ ਹਾਂ ਤੇਲ ਵੀ ਕਈ ਕੱਢੋ ਉਹ ਵੀ ਦੱਸੋ, ਅਤੇ ਬਾਕੀ ਮਗਰੋਂ ਐਵੇਂ ਸਾਰਾ। ਅਤੇ ਮਰਗਾਡ ਬਹੁਤ ਹੈਵੀ ਨੇ, ਜਿਵੇਂ ਮਰਗਾਡ ਲੱਗੇ ਹੋਏ ਨੇ, ਅਤੇ 27 ਕਿਲੋ ਦਾ ਵੇਟ ਆ ਮੂਹਰੇ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਧਰੋਂ, ਅਤੇ ਜਿਵੇਂ ਪਹਾੜੀ ਸਰ੍ਹੋਂ ਦਾ ਤੇਲ ਆ ਗਿਆ, ਲਓ ਸਰ੍ਹੋਂ ਤੇਲ ਆ ਜੀ, ਲਓ ਸਰ੍ਹੋਂ ਦਾ ਤੇਲ। ਅਤੇ ਬਾਕੀ ਕਾਲਾ ਚਨਾ, ਕਾਲਾ ਚਨਾ, ਅਤੇ ਗ੍ਰੀਨ ਮੂੰਗੀ, ਜਿਵੇਂ ਸ਼ਹਿਦ ਆ ਗਿਆ। ਕਿੰਨੇ ਦਾ ਜੀ ਇਹ? 100 ਰੁਪਏ ਦਾ ਪਾਈਆ, 1 ਕਿਲੋ 400 ਦਾ ਜੀ, 1 ਕਿਲੋ 400 ਦਾ 100 ਰੁਪਏ ਦਾ ਪਾਈਆ। ਅਤੇ ਆਹ ਆਇਲ ਆ ਗਿਆ, ਜਿਵੇਂ ਬਾਕੀ ਹਲਦੀ ਪਾਊਡਰ ਹੋ ਗਿਆ, ਜਿਵੇਂ ਲਓ ਜੀ। ਅਤੇ ਆ ਬਾਸਮਤੀ ਰਾਈਸ ਆ ਗਏ, ਮੋਹੀ ਕਲਾ ਐਗਰੋ ਫਾਰਮਰ ਪ੍ਰੋਡਕਟ ਕੰਪਨੀ ਲਿਮਿਟਡ, ਲਿਕੁਡ ਵਗੈਰਾ ਹੋ ਗਏ ਤੁਹਾਨੂੰ। ਜਿਵੇਂ ਬਸ ਜਾਣੀ ਜ਼ਿਆਦਾਤਰ ਇੱਥੇ ਇਹ ਚੀਜ਼ਾਂ ਹੋਣਗੀਆਂ, ਜਿਵੇਂ ਆਹ ਪਏ ਨੇ ਹੈ ਨਾ, ਮਿਰਚਾਂ ਹੋ ਗਈਆਂ, ਚਾਰ ਹੋ ਗਿਆ, ਆਇਲ ਹੋ ਗਿਆ।
ਲਾਵਾਂਗੇ ਬੂਟੇ ਇੱਧਰ। ਕਿੰਨੇ ਦਾ ਭਾਈ ਇੱਕ ਬੂਟਾ ਇਹਨਾਂ 'ਚੋਂ, ਕਿੰਨੇ ਦਾ ਕੀ ਰੇਟ ਆ? 80 ਰੁਪਏ ਵੀਰੇ। ਅੱਛਾ ਜੀ, ਇਹਨਾਂ ਦਾ 150 ਰੁਪਏ ਆ ਗਿਆ, ਵੱਡੇ ਦਾ 200 ਆ ਗਿਆ। ਕਿਹੜੀ ਵਰਾਇਟੀ ਆ ਇਹ? ਲਓ ਭਾਈ ਹੁਣ ਚੱਲਦੇ ਹਾਂ ਆਪਾਂ ਅੱਗੇ, ਸ਼ਹਿਦ ਮੱਖੀ ਬਾਕੀ ਆ ਦੇਖੋ ਬਾਕੀ ਆ ਗਿਆ ਟੂਟੀ ਜਿਹਾ ਪ੍ਰੈਸ਼ਰ ਜ਼ਿਆਦਾ ਉਹਦੇ ਮੁੜ ਲੱਗ ਜਾਂਦਾ ਜਿਵੇਂ ਆਹ ਲੱਗਿਆ ਹੋਇਆ। ਬੈਟਰੀਆਂ ਬੂਟਰੀਆਂ ਤੁਹਾਨੂੰ ਸਾਰਾ ਕੁਝ ਮਿਲ ਜੂਗਾ। ਬਾਕੀ ਸ਼ਹਿਦ ਬਨਸਪਤੀ ਚੌਲ ਹੈ ਨਾ ਸਾਰਾ ਕੁਝ ਤੁਹਾਨੂੰ ਇਹ ਮੇਲੇ ਦੇ ਵਿੱਚੋਂ ਮਿਲ ਜੂਗਾ। ਅਤੇ ਆਪਾਂ ਤੁਹਾਨੂੰ ਤਕਰੀਬਨ ਸਟਾਲਾਂ ਦਿਖਾਈ ਦਿੱਤੀਆਂ ਅਤੇ ਮੇਨ ਆਪਾਂ ਤੁਹਾਨੂੰ ਖੇਤੀਬਾੜੀ ਦੇ ਇੰਪਲੀਮੈਂਟ ਦਿਖਾਇਆ ਜਿਵੇਂ ਆਹ ਖੜਾ ਟਰੈਕਟਰ ਕਟੱਪਾ ਕਟੱਪਾ ਹੀ ਹੈ, ਹਾਂ ਕਟੱਪਾ ਬਾਹਰ ਸਪੀਡ ਹੋ ਜਾ ਐਵੇਂ ਦਾ ਮੀਟਰ ਆ। ਟਾਇਰ ਨੇ ਅਤੇ ਆਹ ਵੀ ਜੇ ਆਪਾਂ ਸਪੇਜ ਕਹੀਏ ਕਾਫੀ ਜ਼ਿਆਦਾ ਆ। ਲਓ ਜੀ ਦੇਖੋ ਆਪਾਂ ਤੁਹਾਨੂੰ ਤਕਰੀਬਨ ਦਿਖਾਈ ਦਿੱਤਾ ਕਿਸਾਨ ਮੇਲਾ। ਲਓ ਭਾਈ ਭਾਈ ਉਹ ਨਹੀਂ ਦੇਖਦੇ ਆ ਵੀ ਪਾਣੀ ਡੋਲਦਾ ਤਾਂ ਨਹੀਂ। ਬਾਕੀ ਕਟਾਈ ਵਗੈਰਾ ਦੇਖੋ ਡਿਜ਼ਾਇਨ ਬਾਈਕ ਟੱਪਾ 5000 ਸਾਲ ਦੀ ਵਾਰੰਟੀ MRF ਦੇ ਟਾਇਰ। ਬਾਕੀ ਲਿੰਕਾਂ ਵਗੈਰਾ ਮਗਰੋਂ ਇੱਦਾਂ ਮਿਲਦਾ ਸਾਰਾ ਟਰੈਕਟਰ ਲਾਈਟਾਂ ਅਤੇ ਇਹਦੇ ਜਿਹੜੇ ਟਾਇਰ ਆ ਉਹ ਹੈਗੇ ਆ 16x28 ਦੇ 4x4 ਦੀ ਬੈਜਿੰਗ 4x4।
ਲਓ ਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸੰਗਰੂਰ ਦਾ ਕਿਸਾਨ ਮੇਲਾ ਦਿਖਾਇਆ ਜਿਹੜਾ ਕਿ 3 ਦਿਨ 'ਚ ਚੱਲਣਾ। ਤੁਸੀਂ ਆ ਕੇ ਕਿਸਾਨ ਮੇਲਾ ਦੇਖ ਸਕਦੇ ਹੋ। ਬਾਕੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲ ਜਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ। ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ।